ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨ 5 ਭਗਤ 15 ਭਗਤ ਜੀ ਦੀਆਂ 11 ਭਗਤ ਸਹਿਬਾਨ ਦੀਆਂ 4 ਗੁਰਸਿੱਖ ਦੀਆਂ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਬਾਣੀਆਂ ਦਰਜ ਨੇ ਭਗਤ ਕਬੀਰ ਜੀ ਤੇ ਬਾਣੀ ਦੇ ਨਾਲ 15 ਭਗਤਾਂ ਦੀ ਬਾਣੀ 6 ਗੁਰੂਆਂ ਦੀ ਬਾਣੀ 11 ਪਠਿਆਂ ਦੀ ਬਾਣੀ ਚਾਰ ਗੁਰ ਸਿੱਖਾਂ ਦੀ ਬਾਣੀ ਇਹ ਸਾਰੀ ਗੱਲ ਉਹਨਾਂ ਨੂੰ ਗੁਰੂ ਦੀ ਬਾਣੀ ਤੋਂ ਗੱਲ ਕਰਨੀ ਚਾਹੀਦੀ ਸੀ ਕਿ ਇੱਕ ਮੌਜੂਦਾ ਜੁਆਇੰਟ ਸਿਕੱਤਰ ਨੁਮਾਇੰਦਾ ਬਣ ਕੇ ਜਾਏ ਔਰ ਉਹਨੂੰ ਗੁਰੂ ਦੀ ਬਾਣੀ ਦਾ ਹੀ ਨਹੀਂ ਪਤਾ ਪੂਰੀ ਸੰਗਤ ਦੇ ਪਿੱਛੇ ਬੋਲਦੇ ਪਈ ਸੀ ਤੇ ਉਹਦੇ ਸਾਹਮਣੇ ਮੋਬਾਈਲ ਪਿਆ ਸੀ ਉਹਨੇ ਮੋਬਾਈਲ ਚੁੱਕ ਕੇ ਵੀ ਦੇਖਿਆ ਤੇ ਜਿਹੜਾ ਮੌਜੂਦਾ ਜੁਆਇੰਟ ਸਿਕੱਤਰ ਪੜ੍ਹ ਕੇ ਵੀ ਨਹੀਂ ਠੀਕ ਬੋਲ ਪਾ ਰਿਹਾ ਤੇ ਤੁਸੀਂ ਆਪ ਹੀ ਲਾ ਸਕਦੇ ਹੋ ਕਿ ਸਾਡੀ ਇੱਕ ਸਿੱਕੀ ਕੌਮ ਦਾ ਕੀ ਪ੍ਰਚਾਰ ਕਰੇਗਾ ਲekin ਐਗਸ ਗੱਲ ਤੋਂ ਮੈਂ ਵੀ ਬਹੁਤ ਹੈਰਾਨ ਆ ਕਿ ਜਿਸ ਟਾਈਮ ਸਮਾਗਮ ਦੇ ਅੰਦਰ ਧਰਮ ਪ੍ਰਚਾਰ ਦੇ ਚੇਅਰਮੈਨ ਉੱਤੇ ਬੈਠੇ ਹੋਏ ਸੀ ਉਸੇ ਟਾਈਮ ਉਹਨਾਂ ਨੂੰ ਖੜੇ ਹੋ ਕੇ ਜੁਆਇੰਟ ਸੱਤਰ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਕਿ ਤੁਸੀਂ ਇਹ ਜੋ ਗੱਲ ਕਰ ਰਹੇ ਹੋ ਚਾਰਨ ਦੇ ਰਹੇ ਹੋ ਜਾਂ ਜੋ ਵੀ ਸਿੱਖੀ ਦੇ ਬਾਰੇ ਜਾਂ ਗੁਰੂ ਦੀ ਬਾਣੀ ਦੇ ਬਾਰੇ ਗੱਲ ਕਰ ਰਹੇ ਹੋ ਇਹ ਬਿਲਕੁਲ ਗਲਤ ਹੈ ਸੰਗਤ ਨੇ ਤੁਹਾਨੂੰ ਆਗੂ ਬਣਾ ਕੇ ਐਸ ਵਾਸਤੇ ਭੇਜਿਆ ਸੀ ਕਿ ਤੁਸੀਂ ਜਾ ਕੇ ਸ਼ਰਮ ਪ੍ਰਚਾਰ ਕਰੋ ਤੁਸੀਂ ਜਾ ਕੇ ਸਿੱਖੀ ਦੀ ਗੱਲਾਂ ਕਰੋ ਤੁਸੀਂ ਦੱਸੋ ਸਾਡੀ ਗੁਰੂਆਂ ਨੇ ਕੀ ਸਾਰਤਾ ਦਿੱਤੀ ਹੈ ਕਲਸਾ ਪੰਥ ਨੂੰ ਸਿਆਣ ਵਾਸਤੇ ਤੁਸੀਂ ਉਲਟਾ ਐਜੋ ਲੋਕਾਂ ਨੂੰ ਅੱਗੇ ਲੈ ਕੇ ਆ ਰਹੇ ਹੋ ਜੋ ਆਪਣੀ ਜੇਬਾਂ ਭਰ ਰਹੇ ਨੇ ਜਿਨ੍ਹਾਂ ਨੂੰ ਐ ਤੱਕ ਨਹੀਂ ਪਤਾ ਗੁਰੂ ਦੀ ਬਾਣੀ ਦੇ ਅੰਦਰ ਕੀ ਕਿਹਾ ਔਰ ਕੀ ਉਚਾਰਨ ਹੋ ਰਿਹਾ ਹੈ ਹਰਮੀਤ ਸਿੰਘ ਕਾਲਕਾ ਜੋ ਕਿ ਅੱਜ ਦੇ ਪ੍ਰਧਾਨ ਅੰਗੇ ਦੇ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਕਿਸ ਹਿਸਾਬ ਨਾਲ ਇਹਨੂੰ ਜੁਆਇੰਟ ਸੱਤਰ ਬਣਾਇਆ ਸਸ਼ਕਾਲ ਦੋਸਤੋ ਸਵਾਗਤ ਹੈ ਤੁਹਾਡਾ ਵੌਇਸ ਆਫ ਇੰਡੀਆ ਦੇ ਪ੍ਰੋਗਰਾਮ ਗੂੰਜਾਂ ਸਿੱਖ ਸਿਆਸਤ ਦੀਆਂ 22 ਜਨਵਰੀ 2022 ਜੀ ਹਾਂ ਦੋਸਤੋ ਗੁਰਦੁਆਰਾ ਕਮੇਟੀ ਦੇ ਇੰਟਰਨਲ ਇਲੈਕਸ਼ਨ ਉਹਦੇ ਪ੍ਰਧਾਨ ਸਿੱਕਤ ਚੁਣੇ ਜਾ ਰਹੇ ਸੀ ਮਗਰ ਬੇਦਵੀ ਹੋਈ ਵਿਪક્ષ ਨੇ આરોਪ ਲਗਾਇਆ ਬੇਦਵੀ ਹੋਈ ਮਗਰ ਉਸ ਦਿਨ ਤੋਂ ਲੈ ਕੇ ਅੱਜ ਤਰੀਕ ਤੱਕ ਲਗਾਤਾਰ ਵਿਪક્ષ ਇੱਕੋ ਹੀ આરોਪ ਲਗਾ ਰਿਹਾ ਗੁਰੂ ਘਰ ਦੀ ਬੇਦਬੀਆਂ ਹੋ ਰਹੀਆਂ ਨੇ ਤੇ ਹੁਣ ਨਵੀਂ ਬੇਦਵੀ ਦਾ ਜਿਹੜਾ ਕਾਰਨ ਕਹਣਾ ਉਹਦੇ ਗੁਲਾਟੀ ਸਾਹਿਬ ਗੁਲਾਟੀ ਸਾਹਿਬ ਜਿਹੜੀ ਬੇਦਬੀ ਹੋਈ ਬਾਈ ਜਨਦੋ ਬਾਈ ਤੇ ਕਮੇਟੀ ਨੇ ਪੁੱਲ ਬਖਸ਼ਵਾ ਲਈ ਆਪਣੀ ਸਮਾਗਮ ਕਰਕੇ ਤੁਹਾਡੇ ਤੇ ਇਲਜ਼ਾਮ ਲਗਾਤਾ ਮਗਰ ਉਸ ਦਿਨ ਤੋਂ ਲੈ ਕੇ ਤੁਸੀਂ ਲਗਾਤਾਰ ਕਮੇਟੀ ਦੇ ਇਲਜ਼ਾਮ ਲਗਾ ਰਹੇ ਕਮੇਟੀ ਇਹ ਗਲਤੀਆਂ ਕਰ ਰਹੀ ਏ ਤੇ ਜੇ ਨੋਹਨ ਨੋਣੀ ਜਿਹਨੇ ਨਵੀਂ ਗਲਤੀ ਕੀਤੀ ਕੀ ਹੈਗੀ ਉਹ ਗਲਤੀ ਪਹਿਲੇ ਤੇ ਸੰਘਾਜੀ ਸਾਜ਼ ਦੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗੋਦੀ ਸਭ ਤੋਂ ਵੱਡੀ ਗੱਲ ਤੇ ਹੈ ਕਿ ਜੋ ਪਰਸੋਂ ਉਹਨਾਂ ਨੇ ਮੌਜੂਦਾ ਸਮਾਗਮ ਕਰਾਇਆ ਤੇਲੇਵਾੜੇ ਦੇ ਅੰਦਰ ਔਰ ਆਪਣੇ ਆਪ ਨੂੰ ਉਹ ਮੌਜੂਦਾ ਜੁਆਇੰਟ ਸਕੱਤਰ ਕੋਲ ਆਂਦਾ ਤੇ ਜੁਆਇੰਟ ਸਕੱਤਰ ਜਿੰਨੂੰ ਆਪਾਂ ਸਭ ਨੇ ਮਿਲ ਕੇ ਨੁਮਾਇੰਦਾ ਬਣਾ ਕੇ ਜਿਤਾ ਕੇ ਭੇਜਿਆ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਭੇਜਿਆ ਸੀ ਤਾਂ ਕਿ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਹੋਏ ਸਿੱਖੀ ਦੇ ਬਾਰੇ ਲੋਕਾਂ ਨੂੰ ਅਵਗਤ ਕਰਾਇਆ ਜਾਏ ਸਾਡੇ ਵੱਡਿਆਂ ਦੀ ਸਾਡੇ ਗੁਰੂਆਂ ਦੀ ਸਾਤਾ ਦੇ ਬਾਰੇ ਦੱਸਿਆ ਜਾਏ ਅਗਰ ਮੌਜੂਦਾ ਜੁਆਇੰਟ ਸਕੱਤਰ ਨੂੰ ਆਪ ਹੀ ਹੀ ਸਾਡੇ ਤਨ ਗੁਰਪਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਦੇ ਕੁਝ ਪਤਾ ਹੀ ਨਹੀਂ ਉਹਨਾਂ ਦੀ ਬਾਣੀ ਦੇ ਬਾਰੇ ਕੁਝ ਪਤਾ ਨਹੀਂ ਮੈਂ ਤੇ ਬੜਾ ਹੈਰਾਨ ਆ ਮੈਂ ਤੇ ਬਹੁਤ ਹੈਰਾਨ ਆ ਮੌਜੂਦਾ ਹਰਮੀਤ ਸਿੰਘ ਕਾਲਕਾ ਜੋ ਕਿ ਅੱਜ ਦੇ ਪ੍ਰਧਾਨ ਅੰਗੇਤ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਕਿਸ ਹਿਸਾਬ ਨਾਲ ਇਹਨੂੰ ਜੁਆਇੰਟ ਸੱਤਰ ਬਣਾਇਆ ਐਨੀ ਚੋਰੀਆਂ ਕਰਨ ਤੋਂ ਬਾਅਦ ਫੜੇ ਜਾਣ ਤੋਂ ਬਾਅਦ ਐਨਾ ਕੁਝ ਹੋਣ ਤੋਂ ਬਾਵਜੂਦ ਵੀ ਐਓ ਜੇ ਸ਼ਖਸ ਨੂੰ ਜੁਆਇੰਟ ਸੱਤਰ ਬਣਾ ਦੇਣਾ ਜਿਹਨੂੰ ਧਰਮ ਪ੍ਰਚਾਰ ਦੇ ਬਾਰੇ ਕੁਝ ਪਤਾ ਹੀ ਨਹੀਂ ਜਿੰਨੂੰ ਗੁਰੂ ਦੀ ਬਾਣੀ ਦੇ ਬਾਰੇ ਕੁਝ ਨਹੀਂ ਪਤਾ ਐਸ ਬੰਦੇ ਨੂੰ ਤੇ ਉਹਨਾਂ ਨੂੰ 10 ਵਾਰ ਸੋਚਣਾ ਚਾਹੀਦਾ ਸੀ ਲੇਕਿਨ ਕੀ ਕਰੋ ਕਈ ਲੋਗਾਂ ਨੂੰ ਆਪਣੇ ਉਦਿਆਂ ਦਾ ਬੜਾ ਲੋਭ ਹੁੰਦਾ ਉਹ ਆਪਣੇ ਉਦੇ ਤੇ ਲੋਭ ਦੇ ਅੰਦਰ ਐ ਨਹੀਂ ਸੋਚਦੇ ਕਿ ਉਹ ਕਿਸ ਬੰਦੇ ਨੂੰ ਕਿਹੜਾ ਉਦਾ ਦੇ ਰਹੇ ਨੇ ਜਾਂ ਕੀ ਨਹੀਂ ਦੇ ਰਹੇ ਉਹਨਾਂ ਦਾ ਸਿਰਫ ਇੱਕੋ ਮਕਸਦ ਹੁੰਦਾ ਆਪਣੇ ਉਦੇ ਤੇ ਬਹਿ ਜਾਣਾ ਸਰ ਮਗਰ ਇੱਕ ਗੱਲ ਦੱਸੋ ਉਹਨਾਂ ਨੇ ਕਿਹਾ ਭਗਤ ਸਿੰਘ ਦੀ ਬਾਣੀ ਦਰਜ ਹੈਗੀ ਇਹ ਭਗਤ ਦੀ ਬਾਣੀ ਦਰੈ ਇਹ ਕਿਹੜੇ ਭਗਤ ਦੀ ਉਹ ਗੱਲ ਕਰ ਰਹੇ ਸੀ ਕੋਈ ਜੀ ਗੱਲ ਕਰਨੀ ਸਹੀ ਸੀ ਭਗਤ ਕਬੀਰ ਜੀ ਭਗਤ ਕਬੀਰ ਜੀ ਤੇ ਬਾਣੀ ਦੇ ਨਾਲ 15 ਪਕਟਾਂ ਦੀ ਬਾਣੀ 6 ਗੁਰੂਆਂ ਦੀ ਬਾਣੀ 11 ਪਠਿਆਂ ਦੀ ਬਾਣੀ 4 ਗੁਰ ਸਿੱਖਾਂ ਦੀ ਬਾਣੀ ਐ ਸਾਰੀ ਗੱਲ ਉਹਨਾਂ ਨੂੰ ਗੁਰੂ ਦੀ ਬਾਣੀ ਤੋਂ ਗੱਲ ਕਰਨੀ ਚਾਹੀਦੀ ਸੀ ਕਿ ਇੱਕ ਮੌਜੂਦਾ ਜੁਆਇੰਟ ਸਖਤਰ ਨੁਮਾਇੰਦਾ ਬਣ ਕੇ ਜਾਏ ਔਰ ਉਹਨੂੰ ਗੁਰੂ ਦੀ ਬਾਣੀ ਦਾ ਹੀ ਨਹੀਂ ਪਤਾ ਕਦੀ ਉਹ 36 ਕਹਿੰਦਾ ਕਦੀ ਉਹ ਕੁਝ ਕਹਿੰਦਾ ਤੁਸੀਂ ਧਿਆਨ ਨਾਲ ਦੇਖੋ ਜਿਸ ਟਾਈਮ ਉਹ ਪੂਰੀ ਸੰਗਤ ਦੇ ਪਿੱਛੇ ਬੋਲਦੇ ਪਈ ਸੀ ਤੇ ਉਹਦੇ ਸਾਹਮਣੇ ਮੋਬਾਈਲ ਪਿਆ ਸੀ ਉਹਨੇ ਮੋਬਾਈਲ ਚੁੱਕ ਕੇ ਵੀ ਦੇਖਿਆ ਤੇ ਜਿਹੜਾ ਮੋਦੂ ਦਾ ਜੁਆਇੰਟ ਸਿਕਤਰ ਪੜ ਕੇ ਵੀ ਨਹੀਂ ਠੀਕ ਬੋਲ ਪਾ ਰਿਹਾ ਤੇ ਤੁਸੀਂ ਆਪ ਹੀ ਲਾ ਸਕਦੇ ਹੋ ਕਿ ਸਾਡੀ ਇੱਕ ਸਿੱਕੀ ਕੌਮ ਦਾ ਕੀ ਪ੍ਰਚਾਰ ਕਰੇਗਾ ਕਹਿਨੂਤੇ ਕਾਲਕਾ ਜੀ ਇਹ ਕਹਿੰਦੇ ਸੀ ਕਿ ਅਸੀਂ ਪੰਜਾਬ ਦੇ ਅੰਦਰ ਜਾ ਰਹੇ ਹਾਂ ਉੱਥੇ ਜਾ ਕੇ ਪ੍ਰਚਾਰ ਧਰਮ ਪ੍ਰਚਾਰ ਕਰਾਂਗੇ ਅੱਜ ਮੈਂ ਉਹਨਾਂ ਨੂੰ ਮੌਜੂਦਾ ਪੁੱਛਣਾ ਚਾਹਣਾ ਸਭ ਤੋਂ ਪਹਿਲੇ ਤੁਸੀਂ ਦਿੱਲੀ ਤੇ ਦੱਸੋ ਜੋ ਤੁਹਾਡਾ ਜੁਆਇੰਟ ਸੱਤਰ ਹੈ ਉਹ ਧਰਮ ਪ੍ਰਚਾਰ ਦੇ ਅੰਦਰ ਕਿੰਨਾ ਤੁਹਾਡਾ ਸਹਿਯੋਗ ਕਰੇਗਾ ਔਰ ਕਿੰਨੀ ਵਾਰ ਤੁਸੀਂ ਗਲਤੀਆਂ ਪੜ ਕੇ ਕਿੰਨੀ ਵਾਰ ਮਾਂ ਵੀ ਬਖਸ਼ਾਓਗੇ ਮਾਫੀ ਦੀ ਗੱਲ ਛੱਡੋ ਅਲੇ ਤੱਕ ਉਹਨਾਂ ਦਾ ਕੋਈ ਸਪਸ਼ਟੀਕਰਨ ਵੀ ਨਹੀਂ ਆਇਆ ਐਸ ਗੱਲ ਦੇ ਉੱਤੇ ਤੇ ਲੱਗਦਾ ਕਿ ਕੋਈ ਸਪਸ਼ਟੀਕਰਨ ਆਏਗਾ ਅਗਰ ਤੇ ਕੌਮ ਦੇ ਨੁਮਾਇੰਦੇ ਹੈਗੇ ਨੇ ਕੌਮ ਦੇ ਆਗੂ ਹੈਗੇ ਨੇ ਫੇਰ ਤੇ ਕੌਮ ਦੇ ਪ੍ਰਤੀ ਅਗਰ ਜਰਾ ਜਿਹਾ ਵੀ ਦਰਦ ਰੱਖਦੇ ਨੇ ਫੇਰ ਤੇ ਉਹਨਾਂ ਨੂੰ ਸਭ ਤੋਂ ਪਹਿਲੇ ਅੱਗੇ ਆ ਕੇ ਸਿੱਧੀ ਮਾਫੀ ਮੰਗਣੀ ਚਾਹੀਦੀ ਹੈ ਸੈਕੰਡਲੀ ਉਹਨੂੰ ਸਭ ਤੋਂ ਪਹਿਲੇ ਜੁਆਇੰਟ ਸਕੱਤਰ ਜਿੰਨੂੰ ਕੁਝ ਬਾਣੀ ਦੇ ਬਾਰੇ ਨੌਲੇਜ ਨਹੀਂ ਉਹਨੂੰ ਮੌਜੂਦਾ ਜੁਆਇੰਟ ਸਕੱਤਰੀ ਤੋਂ ਹਟਾਉਣਾ ਚਾਹੀਦਾ ਹੈ ਅਗਰ ਅੱਜ ਉਹ ਇਸ ਚੀਜ਼ ਨੂੰ ਨਹੀਂ ਦੇਖਦੇ ਔਰ ਉਹਨੂੰ ਜੁਆਇੰਟ ਸਕੱਤਰੀ ਦੀ ਸੀਟ ਤੋਂ ਨਹੀਂ ਹਟਾਉਂਦੇ ਤੇ ਆਉਣ ਵਾਲੇ ਟਾਈਮ ਦੇ ਅੰਦਰ ਮੈਂ ਪੱਕੀ ਗੱਲ ਕਹਿਣਾ ਕਿ ਜਿਸ ਤਰੀਕੇ ਨਾਲ ਸੰਗਤ ਹੈ ਦੇਖ ਰਹੀ ਹੈ ਕੇ ਮੌਜੂਦਾ ਜੋ ਪ੍ਰਬੰਧਕ ਕਮੇਟੀ ਗਲਤੀਆਂ ਕਰੀ ਜਾ ਰਹੀ ਹੈ ਕਦੀ ਧਰਮ ਪ੍ਰਚਾਰ ਦੇ ਅੰਦਰ ਕਦੀ ਕਿਸੇ ਚੀਜ਼ ਨੂੰ ਲੈ ਕੇ ਸੰਗਤ ਹੈ ਤੁਹਾਨੂੰ ਮਾਫ ਨਹੀਂ ਕਰੇਗੀ ਸੰਗਤ ਨੇ ਤੁਹਾਨੂੰ ਆਗੂ ਬਣਾ ਕੇ ਐਸ ਵਾਸਤੇ ਭੇਜਿਆ ਸੀ ਕਿ ਤੁਸੀਂ ਜਾ ਕੇ ਸ਼ਰਮ ਪ੍ਰਚਾਰ ਕਰੋ ਤੁਸੀਂ ਜਾ ਕੇ ਸਿੱਖੀ ਦੀ ਗੱਲਾਂ ਕਰੋ ਤੁਸੀਂ ਦੱਸੋ ਸਾਡੀ ਗੁਰੂਆਂ ਨੇ ਕੀ ਸਾਥਤਾ ਦਿੱਤੀ ਹੈ ਕੱਲ੍ਹ ਸਾ ਪੰਥ ਨੂੰ ਆਉਣ ਵਾਸਤੇ ਤੁਸੀਂ ਉਲਟਾ ਐਜੋ ਲੋਕਾਂ ਨੂੰ ਅੱਗੇ ਲੈ ਕੇ ਆ ਰਹੇ ਹੋ ਜੋ ਆਪਣੀ ਜੇਬਾਂ ਪਾਰ ਰਹੇ ਨੇ ਜਿਨ੍ਹਾਂ ਨੂੰ ਐ ਤਕਰੀ ਪਤਾ ਗੁਰੂ ਦੀ ਬਾਣੀ ਦੇ ਅੰਦਰ ਕੀ ਕੀ ਔਰ ਕੀ ਉਚਾਰਨ ਹੋ ਰਿਹਾ ਹੈ ਸੱਤ ਕੱਲ ਨੂੰ ਗੱਲ ਆ ਜਾਏਗੀ ਸਲਿੱਪ ਆਫ ਟੰਗ ਦਾਗਾਸੀ ਵਿਪੱਖ ਮੁੱਦਾ ਬਣਾ ਰਿਹਾ ਹੈ ਕੀ ਗੰਡਾ ਹੋ ਗਿਆ ਇਸ ਬਾਰੇ ਬੜਾ ਵਧੀਆ ਕੁਐਸਚਨ ਹੈ ਜੀ ਸਲਿੱਪ ਆਫ ਟੰਗ ਆਮ ਕੋਈ ਵੀ ਸਿੱਖ ਕਿਸੇ ਵੀ ਤਰੀਕੇ ਦੀ ਬਾਣੀ ਤੋਂ ਕਦੀ ਵੀ ਅਗਰ ਕੋਈ ਗਲਤੀ ਕਰਦਾ ਹੈ ਤੇ ਉਹਦੇ ਬਾਰੇ ਮੈਂ ਸਮਝਣਾ ਫੇਸਬੁੱਕ ਤੇ ਦੁਨੀਆ ਦੀ ਗੱਲਾਂ ਨਿਕਲ ਜਾਂਦੀਆਂ ਨੇ ਤੇ ਇੱਕ ਉਹ ਮੌਜੂਦਾ ਜੁਆਇੰਟ ਸਕੱਤਰ ਭਗਤ ਕਬੀਰ ਜੀ ਦੀ ਬਾਣੀ ਦੇ ਬਾਰੇ ਐਨਾ ਕੁਝ ਬੋਲ ਗਿਆ ਉਹ ਵੀ ਆਪਣੇ ਕੀਰਤਨ ਸਮਾਗਮ ਦੇ ਅੰਦਰ ਨਹੀਂ ਨਹੀਂ ਲੱਗਦਾ ਕਿ ਸਲਿੱਪ ਆਫ ਟੰਗ ਨਹੀਂ ਹੈ ਅਗਰ ਉਹ ਸਲਿੱਪ ਆਫ ਟੰਗ ਹੈ ਤੇ ਉਹ ਨੁਮਾਇੰਦਾ ਜਾਂ ਉਹ ਸਾਡੀ ਆਨ ਵਾਲੇ ਕੌਮ ਦੇ ਅੰਦਰ ਆਗੂ ਬਣਨ ਲਾਇਕ ਹੀ ਨਹੀਂ ਹੈਗਾ ਮੇਰੇ ਸਰ ਹੋਰ ਮਸਵਾ ਲਗਾ ਕਿ ਉਧਰ ਸਿਰਫ ਕੱਲੇ ਦਸਮੇਨ ਸਿੰਘ ਨੋਨੀ ਜੀ ਨਹੀਂ ਸੀ ਉਧਰ 100 500 200 ਕੁਝ ਸੰਗਤ ਵੀ ਮੌਜੂਦ ਹੋਏਗੀ ਸੰਗਤ ਨੇ ਆਬਜੈਕਸ਼ਨ ਕਿਉਂ ਨਹੀਂ ਚੱਕਿਆ ਦੇਖੋ ਜੀ ਬਾਏ ਦਾ ਬਾਏ ਦਾ ਕੀ ਹੁੰਦਾ ਕਿ ਕਈ ਵਾਰ ਜਿਸ ਟਾਈਮ ਹੈ ਕਿ ਜੁਆਇੰਟ ਸਖਤਰੀਆ ਕੋਈ ਵੀ ਅਹੁਦੇਦਾਰ ਆਪਣੇ ਸਮਾਗਮ ਦੇ ਅੰਦਰ ਬੋਲਦੇ ਤੇ ਉਹਦੇ ਸਾਹਮਣੇ ਸੰਗਤ ਬੈਠੇ ਹੋਏ ਕਈ ਵਾਰ ਸੁਣਦੀ ਹੈ ਕਈ ਵਾਰ ਨਹੀਂ ਸੁਣਦੀ ਲੇਕਿਨ ਐਸ ਗੱਲ ਤੋਂ ਮੈਂ ਵੀ ਬਹੁਤ ਹੈਰਾਨ ਆ ਕਿ ਜਿਸ ਟਾਈਮ ਸਮਾਗਮ ਦੇ ਅੰਦਰ ਧਰਮ ਪ੍ਰਚਾਰ ਦੇ ਚੇਅਰਮੈਨ ਉੱਤੇ ਬੈਠੇ ਹੋਏ ਸੀ ਉਸੇ ਟਾਈਮ ਉਹਨਾਂ ਨੂੰ ਖੜੇ ਹੋ ਕੇ ਜੁਆਇੰਟ ਸੱਤਰ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਕਿ ਤੁਸੀਂ ਇਹ ਜੋ ਗੱਲ ਕਰ ਰਹੇ ਹੋ ਚਾਰਨ ਦੇ ਰਹੇ ਹੋ ਜਾਂ ਜੋ ਵੀ ਸਿੱਖੀ ਦੇ ਬਾਰੇ ਜਾਂ ਗੁਰੂ ਦੀ ਬਾਣੀ ਦੇ ਬਾਰੇ ਗੱਲ ਕਰ ਰਹੇ ਹੋ ਇਹ ਬਿਲਕੁਲ ਗਲਤ ਹੈ ਲੇਕਿਨ ਕੀ ਕਹਿ ਸਕਨੇ ਜਿਹੜੇ ਉਸਤਾਦ ਦਾ ਉਹ ਸ਼ਗਿਰਦ ਹੈਗਾ ਉਸ ਉਸਤਾਦ ਨੇ ਅਗਰ ਕਦੀ ਵੀ ਕੋਈ ਗਲਤੀ ਕੀਤੀ ਹੈ ਨਾ ਤੇ ਉਹਦਾ ਇੰਨਾ ਕੋਈ ਪ੍ਰਚਾਰ ਕਰਾਤਾ ਹੈ ਇੰਨਾ ਪ੍ਰਚਾਰ ਕਰਤਾ ਹੈ ਕਿ ਉਹਨੂੰ ਲੱਗਦਾ ਇਹਦੇ ਨਾਲ ਮੇਰੀ ਪੌਪੂਲੈਰਿਟੀ ਵੱਧਦੀ ਹੈ ਤੇ ਜਿਵੇਂ ਉਸਤਾਦ ਕਰੇਗਾ ਸ਼ਗਿਰਦ ਤੇ ਬੇਤੇ ਉਸੇ ਨਕਸ਼ੇ ਕਦਮ ਤੇ ਚੱਲ ਰਹਾਂ ਨਾ ਲੇਕਿਨ ਪਹਿਲਾਂ ਲਗਾਇਆ ਕਿ ਇੱਕ ਟਾਈਮ ਹੁੰਦਾ ਸੀ ਜਦੋਂ ਕੋਈ ਲਿਖ ਕੇ ਜਾਂਦਾ ਸੀ ਨਾ ਉਹ ਰੈਫਰੈਂਸ ਪੁਆਇੰਟ ਬਣ ਜਾਂਦਾ ਸੀ ਮਗਰ ਅੱਜਕੱਲ ਦਮਾਨਾ ਡਿਜੀਟਲ ਦਾ ਕੋਈ ਬੰਦਾ ਬੋਲ ਕੇ ਜਾਏਗਾ ਨਾ ਤੇ ਅਸ ਤੋਂ 10 ਸਾਲ ਪਹਿਲਾਂ ਵੀਡੀਓ YouTube ਤੇ ਬਈ ਹੋਈ ਹੈ Facebook ਤੇ ਬਈ ਤੇ ਰੈਫਰੈਂਸ ਪੁਆਇੰਟ ਬਣ ਜਾਏਗੀ ਕਈ ਬੱਚੇ ਕਹਿਣਗੇ ਇਹ ਰੈਫਰੈਂਸ ਪੁਆਇੰਟ ਹੈਗਾ 10 ਸਾਲ ਪਹਿਲੇ ਜਸਮਿੰਦਰ ਸਿੰਘ ਨੌਂਣੀ ਜੀ ਨੇ ਬੋਲੇ ਸੀ ਤੇ ਕੀ ਮੈਸੇਜ ਜਾਏਗਾ ਸਨ ਅੱਜ ਆਪਾਂ ਸਾਰੇ ਸੰਗਤ ਨੂੰ ਇਕੱਠੇ ਹੋਣ ਦਾ ਸਭ ਤੋਂ ਵੱਡਾ ਸੰਜੋਗ ਹੀ ਇਹ ਹੈਗਾ ਕਿ ਸਾਡੇ ਲੋਕਾਂ ਨੂੰ ਇਹ ਚੀਜ਼ ਨੋਟ ਕਰਨੀ ਚਾਹੀਦੀ ਹੈ ਕਿ ਅੱਜ ਆਣ ਵਾਲੀ ਸਾਡੇ ਕੌਮ ਸਾਡੇ ਕੌਮ ਦੇ ਉਹ ਬੱਚੇ ਅਗਰ ਆਪਾਂ ਉਹਨਾਂ ਦੇ ਵਿੱਚ ਜਾ ਕੇ ਲਿਟਰੇਚਰ ਨਹੀਂ ਵੰਡਾਂਗੇ ਆਪਾਂ ਕੌਮ ਦੇ ਨੁਮਾਇੰਦੇ ਹੋ ਕੇ ਉਹਨਾਂ ਨੂੰ ਸਿੱਖੀ ਦਾ ਗਿਆਨ ਨਹੀਂ ਦਾਂਗੇ ਆਪਾਂ ਉਹਨੂੰ ਗੁਰੂ ਬੋਲੀ ਆਪਣੀ ਪੰਜਾਬੀ ਬੋਲੀ ਦੇ ਬਾਰੇ ਨਹੀਂ ਸਿਖਾਵਾਂਗੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਸਾਡੀ ਸਿੱਖ ਕੌਮ ਕੀ ਹੈ ਸਾਡੇ ਗੁਰੂਆਂ ਨੇ ਕੀ ਹੱਤਤਾ ਦਿੱਤੀ ਹੈ ਸਾਡੇ ਕਲਪਾ ਪੰਥ ਨੂੰ ਜਾਣ ਵਾਸਤੇ ਸਾਡੇ ਗੁਰੂਆਂ ਨੇ ਕੀ ਕੀ ਬਲੀਦਾਨ ਹੱਤਤਾ ਦਿੱਤੀਆਂ ਨੇ ਮੈਨੂੰ ਇਸ ਤਰੀਕੇ ਨਾਲ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਅੰਦਰ ਪਾਵੇਂ આજ ਕੁਝ ਵੀ ਪ੍ਰਚਾਰ ਹੋ ਰਿਹਾ ਹੈ ਇਹ ਪ੍ਰਚਾਰ ਆਉਣ ਵਾਲੇ ਸਮੇਂ ਦੇ ਅੰਦਰ ਜ਼ਰੂਰ ਸੰਗਤ ਦੇਖੇਗੀ ਆਉਣ ਵਾਲੇ ਕੁਝ ਸਮੇਂ ਦੇ ਅੰਦਰ ਸੰਗਤ ਆਪਣਾ ਫੈਸਲਾ ਜ਼ਰੂਰ ਸੁਣਾਏਗੀ ਔਰ ਇਹੋ ਜੇ ਆਗੂ ਜੋ ਕਿ ਜਾਣ ਕੇ ਗਲਤੀਆਂ ਕਰਨ ਤੋਂ باوجود ਵੀ ਕੌਮ ਕੋਲ ਮਾਫੀ ਨਹੀਂ ਮੰਗਦੇ ਸੰਗਤ ਕੋ ਮਾਫੀ ਨਹੀਂ ਮੰਗਦੇ ਇਹਨਾਂ ਨੂੰ ਵਕਤ ਆਨ ਤੇ ਸੰਗਤ ਜ਼ਰੂਰ ਇੱਕ ਦਿਨ ਘਰ ਬਿਠਾਏਗੀ ਐਸ ਸੀ ਗੁਲਾਟੀ ਸਾਹਿਬ ਜਿਨ੍ਹਾਂ ਨੇ ਸਾਫ਼ ਕਹਿਣਾ ਹੈ ਕਿ ਸੰਗਤ ਸਭ ਕੁਝ ਵੇਖ ਰਹੀ ਹੈ ਵਕਤ ਆਏਗਾ ਸੰਗਤ ਫੈਸਲਾ ਵੀ ਲਵੇਗੀ ਦੇਖਦੇ ਰਹੋ ਵਾਇਸ ਆਫ ਇੰਡੀਆ